ਪਾਕ ਬਰਨਾਲਾ ਵੱਲੋਂ ਇੱਕ ASI ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ। ਇਸ ਮਾਮਲੇ ਸੰਬੰਧੀ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਨੇ ਦੱਸਿਆ ਕਿ ਇੱਕ ਔਰਤ ਦੇ ਵੱਲੋਂ ਉਹਨਾਂ ਦੇ ਕੋਲ ਇੱਕ ਦਰਖਾਸਤ ਆਈ ਸੀ ਜਿਸ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਰੰਗੇ ਹੱਥੀਂ ਕਾਬੂ ਕਰ ਲਿੱਤਾ ਗਿਆ ਅਤੇ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹਨੇ ਜੀ ਕੁਝ ਸਮਾਂ ਪਹਿਲਾਂ ਆਪਦੇ ਲੜਕੇ ਨੂੰ ਬਾਹਰ ਭੇਜਣਾ ਸੀਗਾ ਅਤੇ ਇੱਕ ਏਜੰਟ ਹੈਗਾ ਜਸਪ੍ਰੀਤ ਸਿੰਘ ਸੰਗਰੂਰ ਜ਼ਿਲ੍ਹਾ ਰਹਿਣ ਵਾਲਾ, ਉਹਨੇ ਇਹਦੇ ਤੋਂ 1,65,000 ਰੁਪਇਆ ਲਿਆ ਸੀ ਵੀ ਤੇਰੇ ਲੜਕੇ ਨੂੰ ਮਲੇਸ਼ੀਆ ਵਿੱਚ ਮੈਂ ਨੌਕਰੀ ਦਵਾਊਂਗਾ। ਅਤੇ ਮਲੇਸ਼ੀਆ ਮੁੰਡਾ ਚਲਾ ਗਿਆ, ਲੇਕਿਨ ਹਫ਼ਤੇ ਬਾਅਦ ਉਹਦਾ ਵੀਜ਼ਾ ਖਤਮ ਹੋਣ 'ਤੇ ਉਹਨੂੰ ਵਾਪਸ ਆਉਣਾ ਪੈ ਗਿਆ। ਅਤੇ ਇਹ ਲੇਡੀ ਪਹਿਲਾਂ ਉਹਦੇ ਤੋਂ ਪੈਸੇ ਮੰਗਦੀ ਰਹੀ ਹੈ, ਉਹਨੇ ਕੋਈ ਬਾਂਹ ਨਹੀਂ ਫੜਾਈ, ਜਿਸ ਕਰਕੇ ਇਸ ਲੇਡੀ ਨੇ SSP ਬਰਨਾਲਾ ਨੂੰ ਦਰਖਾਸਤ ਦਿੱਤੀ ਵੀ ਇਹ ਬੰਦੇ ਮੇਰੇ ਨਾਲ ਫਰੋਡ ਕੀਤਾ। ਉਹ SSP ਸਾਹਿਬ ਬਰਨਾਲਾ ਨੇ ਦਰਖਾਸਤ ਦੀ ਪੜਤਾਲ EO ਵਿੰਗ ਬਰਨਾਲਾ ਨੂੰ ਭੇਜ ਦਿੱਤੀ, ਜਿੱਥੇ ASI ਗੁਰਤੇਜ ਸਿੰਘ ਲੱਗਾ ਹੈ। ਇਹਨੇ ਇਸ ਲੇਡੀ ਤੋਂ 5,000 ਰੁਪਏ ਦੀ ਮੰਗ ਕੀਤੀ ਕਿ ਮੈਂ ਤੇਰੀ ਦਰਖਾਸਤ 'ਤੇ ਪਰਚਾ ਦਰਜ ਕਰਵਾ ਦੂੰਗਾ। ਅਤੇ ਉਸ ਲੇਡੀ ਨੇ ਸਾਡੇ ਕੋਲ ਸ਼ਿਕਾਇਤ ਲੈ ਕੇ ਆਈ ਹੈ ਜੀ। ਸ਼ਿਕਾਇਤ ਤੋਂ ਬਾਅਦ ਅਸੀਂ ਵੈਰੀਫਾਈ ਕਰ ਲਿਆ, ਵੈਰੀਫਾਈ ਕਰਕੇ ਅੱਜ ਉਹਨੂੰ ASI ਗੁਰਤੇਜ ਸਿੰਘ EO ਵਿੰਗ ਨੂੰ 5,000 ਰੁਪਇਆ ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਜੀ। 5,000 ਦੇ 5-5 ਨੋਟ ਕਰੰਸੀ ਨੋਟ ਉਹਦੀ ਜੇਬ 'ਚੋਂ ਬਰਾਮਦ ਕੀਤੇ ਸਰਕਾਰੀ ਗਵਾਹਾਂ ਦੇ ਸਾਹਮਣੇ, ਅਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਹੁਣ ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।